ਬਾਬਾ ਰਾਮ ਸਿੰਘ ਨੇ ਕਿਸਾਨ ਲੜਾਈ ਲੜਦੇ ਹੋਏ ਸ਼ਹਾਦਤ ਦਿੱਤੀ ਹੈ ਕਿਤੇ ਨਾ ਕਿਤੇ ਹੁਣ ਕਿਸਾਨ ਜੋ ਸੰਯੁਕਤ ਕਿਸਾਨ ਮੋਰਚਾ ਦੇ ਕਿਸਾਨ ਨੇ ਜਥੇਬੰਦੀਆਂ ਉਹ ਵੀ ਇੱਥੇ ਅੱਜ ਹਾਜ਼ਰ ਲਵਾਉਣ ਆਈਆਂ ਸ਼ਰਧਾ ਦੇ ਫੁੱਲ ਭੇਟ ਕਰ ਰਹੀਆਂ ਕਿਵੇਂ ਦੇਖਦੇ ਹੋ ਸ਼ਾਦੀਪੁਰ ਬੁੱਟਾ ਜੀ ਦੇਖੋ ਜੀ ਮਹਾਂਪੁਰਸ਼ਾਂ ਦੀ ਜਿਹੜੀ ਸ਼ਹਾਦਤ ਆ ਉਹਨਾਂ ਨੇ ਕੁਰਬਾਨੀ ਦਿੱਤੀ ਹੈ ਇਸ ਕੇਂਦਰ ਸਰਕਾਰ ਦੇ ਮਾੜੇ ਕਾਨੂੰਨਾਂ ਦੇ ਖਿਲਾਫ਼ ਅਤੇ ਕਿਰਤੀ ਕਿਸਾਨ ਮਜ਼ਦੂਰ ਮੁਲਾਜ਼ਮ ਛੋਟਾ ਵਪਾਰੀ ਛੋਟਾ ਦੁਕਾਨਦਾਰ ਸਾਰਾ ਅੱਜ ਸੜਕਾਂ 'ਤੇ ਬੈਠਾ ਹੈ ਕਿਉਂਕਿ ਇਹ ਬਹੁਤ ਵੱਡਾ ਕਾਂਡ ਹੋ ਰਿਹਾ ਹੈ ਉਹਨਾਂ ਦੇ ਨਾਲ ਅਤੇ ਸਰਕਾਰ ਜਿਹੜੀ ਹੈ ਕੇਂਦਰ ਦੀ ਇਹ ਧੱਕਾ ਕਰ ਰਹੀ ਹੈ ਬਹੁਤ ਵੱਡਾ ਇਸ ਕਰਕੇ ਇਹ ਜਿਹੜੀ ਮਹਾਂਪੁਰਸ਼ਾਂ ਦੀ ਅੱਜ ਸ਼ਹਾਦਤ ਅਤੇ ਕੁਰਬਾਨੀ ਇਹ ਜਾਇਆ ਨਹੀਂ ਜਾਊਂਗੀ ਪਰ ਲੋਕਾਂ ਦੇ ਮਨਾਂ ਦੇ ਵਿੱਚ ਰੋਸ ਬਹੁਤ ਵੱਡਾ ਹੈ ਅਸੀਂ ਤਾਂ ਕੇਂਦਰ ਸਰਕਾਰ ਨੂੰ ਇਹੀ ਅਪੀਲ ਕਰ ਸਕਦੇ ਹਾਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਵੀ ਵੇਖੋ ਮਹਾਂਪੁਰਸ਼ਾਂ ਨੇ ਕੁਰਬਾਨੀ ਦਿੱਤੀ ਜਾ ਕੇ ਉਹਨਾਂ ਨੇ ਵੇਖਿਆ ਉੱਥੇ ਜਦੋਂ ਵੀ ਇੰਨੀ ਜਨਤਾ ਇੰਨੀ ਦੁਨੀਆ ਸੜਕਾਂ ਦੇ ਉੱਤੇ ਰੁਲਦੀ ਫਿਰਦੀ ਹੈ ਗੱਡੀਆਂ ਦੇ ਟਰੱਕਾਂ ਦੇ ਕਿਵੇਂ ਲੋਕਾਂ ਨੇ ਮਾੜੇ ਮੋਟੇ ਰਹਿਣ ਬਸੇਰੇ ਬਣਾਏ ਹੋਏ ਨੇ ਉੱਥੇ ਠੰਡ ਦਾ ਸਮਾਂ ਹੈ ਕੇਂਦਰ ਨੂੰ ਤਰਸ ਨਹੀਂ ਆਇਆ ਕੇਂਦਰ ਨੂੰ ਕੋਈ ਇਸ ਗੱਲ ਦੀ ਖਬਰ ਨਹੀਂ ਹੈਗੀ ਕੋਈ ਦੀਆਂ ਏਜੰਸੀਆਂ ਨਹੀਂ ਦੱਸ ਰਹੀਆਂ ਉਹਨਾਂ ਨੂੰ ਦੇਖੋ ਉਹਨਾਂ ਨੂੰ ਇਹ ਦੇਖਣਾ ਚਾਹੀਦਾ ਹੈ ਅਤੇ ਮਹਾਂਪੁਰਸ਼ਾਂ ਦੀ ਕੁਰਬਾਨੀ ਵਾਲੀ ਵੇਖ ਕੇ ਇਹ ਜਿਹੜੇ ਇਸ ਬਿੱਲ ਨੇ ਇਹਨਾਂ ਨੂੰ ਰੱਦ ਕਰ ਦੇਣਾ ਚਾਹੀਦਾ ਬਿਲਕੁਲ ਅਤੇ ਲੋਕਾਂ ਨੂੰ ਆਪੋ ਆਪਣੇ ਘਰਾਂ ਜਾਣ ਦੇਣਾ ਚਾਹੀਦਾ ਮੈਂ ਤਾਂ ਇੱਕ ਗੱਲ ਕਹੂੰਗਾ ਕਿ ਸੰਤਾਂ ਨੂੰ ਮਹਾਂਪੁਰਸ਼ਾਂ ਨੂੰ ਕੇਂਦਰ ਸਰਕਾਰ ਵੱਲੋਂ ਇਹ ਸੱਚੀ ਅਤੇ ਸੁੱਚੀ ਸ਼ਰਧਾਂਜਲੀ ਹੋ ਸਕਦੀ ਹੈ ਜੇਕਰ ਇਸ ਵਿਸ਼ੇ ਉੱਤੇ ਉਹ ਕਹਿਣ ਵੀ ਅਸੀਂ ਜਿਹੜੇ ਕਾਨੂੰਨ ਨੇ ਇਹਨਾਂ ਨੂੰ ਰੱਦ ਕਰਦੇ ਹਾਂ ਲੋਕ ਆਪੋ ਆਪਣੇ ਘਰਾਂ ਨੂੰ ਜਾਣ ਅਤੇ ਕੇਂਦਰ ਸਰਕਾਰ ਜਿਹੜੀ ਹੈ ਇਹ ਆਪਣੇ ਵਾਸਤੇ ਜਿਹੜਾ ਬਹੁਤ ਵੱਡਾ ਇੱਕ ਵਫਾਦ ਖੜ੍ਹਾ ਕਰ ਰਹੀ ਹੈ ਇਸ ਤੋਂ ਵੀ ਛੁਟਕਾਰਾ ਪਾਵੇ ਅਤੇ ਲੋਕ ਆਪੋ ਆਪਣੇ ਘਰਾਂ ਨੂੰ ਜਾਣ ਕੇਂਦਰ ਸਰਕਾਰ ਨੂੰ ਇੰਨੀ ਜਿੱਦ ਨਹੀਂ ਕਰਨੀ ਚਾਹੀਦੀ ਮਹਾਂਪੁਰਸ਼ਾਂ ਦੀ ਕੁਰਬਾਨੀ ਜਿਹੜੀ ਹੈ ਇਹਦੇ ਉੱਤੇ ਹੀ ਇਹਨਾਂ ਨੂੰ ਬਿੱਲ ਜਿਹੜੇ ਨੂੰ ਵਾਪਸ ਲੈ ਲੈਣੇ ਚਾਹੀਦੇ ਨੇ ਬਾਬਾ ਰਾਮ ਸਿੰਘ ਨੇ ਅੰਤਿਮ ਆਪਣੇ ਪੱਤਰ 'ਚ ਲਿਖਿਆ ਕਿ ਕਿਤੇ ਨਾ ਕਿਤੇ ਪੀੜਾ ਹੈ ਉਹਨਾਂ ਨੂੰ ਕਿਸਾਨ ਅੱਜ ਸੜਕਾਂ 'ਤੇ ਆ ਕਿਵੇਂ ਦੇਖਦੇ ਹੋ ਨਾ ਇਸ ਦਾ ਜੀ ਇਹ ਸ਼ਰਧਾਂਜਲੀ ਲਾਮਿਸਾਲ ਆ ਬਾਬਾ ਜੀ ਸਾਡੇ ਕੋਲ 3-4 ਵਾਰ ਗਏ ਉੱਥੇ ਸਟੇਜ 'ਤੇ ਦਰਸ਼ਨਾਂ ਦਾ ਵੀ ਮੌਕਾ ਮਿਲਿਆ ਪਰ ਜਿਹੜੀਆਂ ਹੁਣ ਚਿੱਠੀ ਅੰਤਮ ਅੱਜ ਪੜ੍ਹ ਕੇ ਵੀ ਸੁਣਾਈ ਗਈ ਕਿਤੇ ਨਾ ਕਿਤੇ ਸਰਕਾਰ ਨੂੰ ਇਹ ਚੇਤਾਵਨੀ ਇਹ ਤੋਂ ਵੱਡੀ ਸ਼ਰਧਾਂਜਲੀ ਨਹੀਂ ਹੋ ਸਕਦੀ ਸਾਡੇ ਦੇਸ਼ ਵਿੱਚ ਹੁਣ ਬਾਬਾ ਜੀ ਨੇ ਆਪਣੇ ਪ੍ਰਾਣਾਂ ਦੀ ਹੁਤੀ ਦਿੱਤੀ ਆ ਇਹ ਵਿਅਰਥ ਨਹੀਂ ਜਾਊਗੀ ਕੇਂਦਰ ਸਰਕਾਰ ਨੂੰ ਮੋਦੀ ਸਰਕਾਰ ਨੂੰ ਇਹ ਸਮਝ ਲੈਣਾ ਚਾਹੀਦਾ ਜਦੋਂ ਕੋਈ ਸੰਤ ਮਹਾਂਪੁਰਸ਼ ਐਡੇ ਵੱਡੇ ਜਿਨ੍ਹਾਂ ਨਾਲ ਲੱਖਾਂ ਦੀ ਤਾਦਾਦ ਵਿੱਚ ਦੁਨੀਆ ਜੁੜੀ ਹੋ ਆ ਉਹ ਕੁਰਬਾਨੀ ਕਰ ਗਏ ਇਸ ਤੋਂ ਵੱਡੀ ਕੁਰਬਾਨੀ ਨਹੀਂ ਹੋ ਸਕਦੀ ਅਸੀਂ ਮੋਦੀ ਸਰਕਾਰ ਨੂੰ ਇਹ ਕਹਾਂਗੇ ਵੀ ਇਹ ਕੁਰਬਾਨੀ ਨੂੰ ਅਸਲੀ ਸ਼ਰਧਾਂਜਲੀ ਦੇਣ ਵਾਸਤੇ ਉਹ ਉਹਨਾਂ ਨੂੰ ਕਾਨੂੰਨ ਰੱਦ ਕਰਨੇ ਦੇ ਚਾਹੀਦੇ ਆ ਜਨਤਾ ਦੀ ਆਵਾਜ਼ ਸੁਣਨੀ ਚਾਹੀਦੀ ਆ ਤਾਂ ਜੋ ਕਿਸਾਨ ਮੋਰਚਾ 22-23 ਦਿਨ ਤੋਂ ਲਗਾਤਾਰ ਚੱਲ ਰਿਹਾ ਆ ਉਸ ਨੂੰ ਜੋ ਇਹ ਕਾਨੂੰਨ ਆ ਉਹਨੂੰ ਤੁਰੰਤ ਰੱਦ ਕਰਕੇ ਕਿਸਾਨਾਂ ਨੂੰ ਛੋਟੇ ਛੋਟੇ ਬੱਚੇ ਬਜ਼ੁਰਗ ਵਿੱਚ ਬੈਠੇ ਨੇ ਬਾਬਾ ਜੀ ਨੇ ਇਹ ਦੁੱਖ ਨਾ ਸਹਾਰਦਿਆਂ ਹੋਏ ਕਿਉਂਕਿ ਬਾਬਾ ਜੀ ਨੇ ਚਿੱਠੀ ਵਿੱਚ ਸਾਫ਼ ਲਿਖਾਇਆ ਕਿਉਂਕਿ ਜੋ ਸਾਨੂੰ ਹੁਕਮ ਆ ਗੁਰੂ ਸਾਹਿਬਾਨਾਂ ਤੋਂ ਕਿ ਜੋ ਜ਼ੁਲਮ ਕਰਨਾ ਵੀ ਪਾਪ ਆ ਜ਼ੁਲਮ ਸਹਿਣਾ ਵੀ ਪਾਪ ਆ ਬਾਬਾ ਜੀ ਨੇ ਗੁਰੂ ਸਾਹਿਬਾਨਾਂ ਦੇ ਉਨਿਆਂ ਦੇ ਚੱਲਦਿਆਂ ਹੋਏ ਆਪਣੀ ਕੁਰਬਾਨੀ ਦਿੱਤੀ ਆ ਉਹ ਕੁਰਬਾਨੀ ਵਿਅਰਥ ਨਹੀਂ ਜਾਊਗੀ ਇਹ ਮੋਦੀ ਦਾ ਅੰਤਮ ਟਾਈਮ ਵੱਲ ਵੱਧ ਰਿਹਾ ਨਰਕ ਦੇ ਪਾਸੇ ਸਰਕਾਰ ਜਾ ਰਹੀ ਆ ਇਹ ਜੋ ਦੇਸ਼ ਦੇ ਲੱਖਾਂ ਕਰੋੜਾਂ ਦੁਨੀਆ 'ਤੇ ਜੋ ਅੱਤਿਆਚਾਰ ਇਹ ਹੋ ਰਿਹਾ ਇਹਦਾ ਹਾਲ ਵੀ ਬਹੁਤ ਬੁਰਾ ਹੋਣ ਵਾਲਾ ਆਉਣ ਵਾਲੇ ਸਮੇਂ 'ਚ ਮੋਦੀ ਨੂੰ ਇਹ ਸਮਝ ਲੈਣਾ ਚਾਹੀਦਾ ਤੁਰੰਤ ਇਹ ਕਾਨੂੰਨ ਰੱਦ ਕਰਕੇ ਲੱਖਾਂ ਕਿਸਾਨਾਂ ਨੂੰ ਆਪਣੇ ਆਪਣੇ ਘਰਾਂ ਭੇਜਣਾ ਚਾਹੀਦਾ ਇਹੀ ਬਾਬਾ ਜੀ ਨੂੰ ਅਸਲੀ ਸ਼ਰਧਾਂਜਲੀ ਹੋਊਗੀ ਸਰਕਾਰ ਵੱਲੋਂ ਜੇ ਸਰਕਾਰ ਮੰਨ ਜਾਂਦੀ ਆ ਨਹੀਂ ਤਾਂ ਇਸ ਦੇਸ਼ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਔਰ ਹੋ ਜਾਊਗਾ ਹੋਰ ਦੇਸ਼ ਬਹੁਤ ਪਿੱਛੇ ਚਲੇ ਜਾਊਗਾ ਬਾਬਾ ਜੀ ਦੀ ਸ਼ਰਧਾਂਜਲੀ ਨੂੰ ਕਿਵੇਂ ਦੇਖਦੇ ਹੋ ਕਿਉਂਕਿ ਇਹ ਤਾਂ ਇੱਕ ਇਤਿਹਾਸਿਕ ਇੱਕ ਪੰਨਿਆਂ ਦੇ ਲਿਖਣ ਵਾਲੀ ਗੱਲ ਹੋ ਗਈ ਕਿਉਂਕਿ ਲਗਾਤਾਰ ਐਵੇਂ ਦੀ ਸ਼ਰਧਾਂਜਲੀ ਐਵੇਂ ਦੀ ਤਿਆਗ ਕਿਤੇ ਅੱਜ ਤੱਕ ਦੇਖਿਆ ਨਹੀਂ ਗਿਆ ਜਾਂ ਫਿਰ ਮਹਾਂਪੁਰਸ਼ਾਂ ਦੀ ਗੱਲ ਕੀਤੀ ਜਾਏ ਤਾਂ ਉੱਥੇ ਹੀ ਦੇਖਿਆ ਗਿਆ ਕਿਵੇਂ ਲੱਗਦਾ ਹੈ ਤੁਹਾਨੂੰ ਕਿ ਸਰਕਾਰ ਹੁਣ ਚੁੱਕ ਜੂਗੀ ਇਹੋ ਜਿਹੀ ਐਡੀ ਕੁਰਬਾਨੀ ਕਰ ਹੀ ਮਹਾਂਪੁਰਸ਼ ਸਕਦੇ ਨੇ ਜਿਨ੍ਹਾਂ ਦੀ ਭਗਤੀ ਹੈ ਸ਼ਕਤੀ ਹੈ ਉਹੀ ਕਰ ਸਕਦੇ ਨੇ ਆਮ ਨੋਰਮਲ ਬੰਦਾ ਨਹੀਂ ਕਰ ਸਕਦਾ ਅਸੀਂ ਤਾਂ ਇਹੀ ਗੱਲ ਇੱਕ ਤਾਂ ਤੁਹਾਡੇ ਚੈਨਲ ਰਾਹੀਂ ਅਸੀਂ ਸਾਰੀਆਂ ਹੀ ਸਾਧ ਸੰਗਤਾਂ ਨੂੰ ਔਰ ਜੋ ਅੰਦੋਲਨ ਵਿੱਚ ਬੈਠੇ ਨੇ ਉਹਨਾਂ ਨੂੰ ਵੀ ਇਹੀ ਅਪੀਲ ਕਰਦੇ ਹਾਂ ਕਿ ਜਿਵੇਂ ਆਪਣਾ ਸ਼ਾਂਤਮਈ ਅੰਦੋਲਨ ਚੱਲ ਰਿਹਾ ਪਹਿਲੇ ਦਿਨ ਤੋਂ ਆਪਾਂ ਸ਼ਾਂਤਮਈ ਅੰਦੋਲਨ ਨੂੰ ਚਲਾਉਣਾ ਹੈ ਕਿਸੇ ਨੇ ਗਰਮਾਹਟ 'ਚ ਕਿਸੇ ਨੇ ਭੜਕਾਹਟ 'ਚ ਨਹੀਂ ਆਉਣਾ ਕਿਉਂਕਿ ਸ਼ਾਂਤਮਈ ਅੰਦੋਲਨ ਚਲਾ ਕੇ ਹੀ ਜਿੱਤ ਪ੍ਰਾਪਤ ਹੁੰਦੀ ਹੈ ਅਤੇ ਸ਼ਾਂਤਮਈ ਰਹੂਗਾ ਸੰਤਾਂ ਮਹਾਂਪੁਰਸ਼ਾਂ ਨੇ ਕੁਰਬਾਨੀ ਦਿੱਤੀ ਹੈ ਇਸ ਕਰਕੇ ਸਿਰਫ ਸਾਡੇ ਲੋਕਾਂ ਲਈ ਵੇਖ ਕੇ
ਅਤੇ ਅਸੀਂ ਕੇਂਦਰ ਨੂੰ ਇਹੀ ਗੱਲ ਕਹਾਂਗੇ ਕਿ ਤੁਸੀਂ ਇੱਕ ਦੋ ਬੰਦੇ ਜਿਹੜੇ ਨੇ ਅਡਾਨੀ ਅਤੇ ਅਬਾਨੀ ਸਿਰਫ ਉਹਨਾਂ ਨੂੰ ਦੇਖ ਰਿਹਾ ਹੋ, ਆ ਲੱਖਾਂ ਦੀ ਤਾਦਾਦ 'ਚ ਲੋਕ ਜਿਹੜੇ ਨੇ ਉਹਨਾਂ ਵੱਲ ਵੀ ਵੇਖੋ, ਉਹਨਾਂ ਦੇ ਹਿੱਤ ਜਿਹੜੇ ਨੇ ਉਹਨਾਂ ਵੱਲ ਵੇਖੋ, ਉਹਨਾਂ ਦੀਆਂ ਭਾਵਨਾਵਾਂ ਵੇਖੋ, ਉਹਨਾਂ ਦੀਆਂ ਭਾਵਨਾਵਾਂ ਅਨੁਸਾਰ ਜਿਹੜੇ ਨੇ ਫੈਸਲਾ ਕਰੋ, ਇਹ ਉਹਨਾਂ ਦੀਆਂ ਭਾਵਨਾਵਾਂ ਅਨੁਸਾਰ ਫੈਸਲਾ ਕਰੋ। ਇਹ ਸ਼ਰਧਾਂਜਲੀ ਹੋਊਗੀ ਸੱਚੀ ਅਤੇ ਸੁੱਚੀ। ਅਤੇ ਇਹ ਲੋਕ ਜਿਹੜੇ ਨੇ ਆਪੋ ਆਪਣੇ ਘਰਾਂ ਨੂੰ ਜਾਣੇ ਵਿਹਲੇ ਨਹੀਂ ਕੋਈ ਵੀ, ਇਹ ਸਾਰੇ ਆਪੋ ਆਪਣੇ ਕਾਰੋਬਾਰ ਛੱਡ ਕੇ ਬੈਠੇ ਨੇ। ਇਸ ਕਰਕੇ ਸਾਡੀ ਤਾਂ ਇਹੀ ਬੇਨਤੀ ਹੈ ਕੇਂਦਰ ਸਰਕਾਰ ਨੂੰ ਵੀ ਮਾੜੀਆਂ ਨੀਤੀਆਂ ਛੱਡ ਕੇ ਉਹ ਨੀਤੀਆਂ ਬਣਾਓ ਜਿਹੜੇ ਨਾਲ ਹਰ ਵਰਗ ਦਾ ਭਲਾ ਹੁੰਦਾ ਹੋਵੇ। ਇਹ ਨਾ ਹੋਵੇ ਅਡਾਨੀ ਅਤੇ ਅਬਾਨੀ ਦਾ ਹੀ ਆਪਾਂ ਭਲਾ ਕਰਨਾ, ਉਹ ਅਰਬਾਂਪਤੀ ਨੇ ਖਰਬਾਂਪਤੀ ਨੇ ਉਹਨਾਂ ਨੂੰ ਕੋਈ ਫਰਕ ਨਹੀਂ ਪੈਣ ਲੱਗਾ। ਇਹਨਾਂ ਲੋਕਾਂ ਦਾ ਭਲਾ ਵੇਖੋ ਜਿਹੜੇ ਮਿਹਨਤ ਕਰਕੇ ਨਾਲੇ ਦੁਨੀਆ ਦਾ ਪੇਟ ਭਰਦੇ ਨੇ ਅਤੇ ਨਾਲੇ ਆਪਣੇ ਪਰਿਵਾਰ ਪਲਦੇ ਨੇ। ਇਹਨਾਂ ਲੋਕਾਂ ਦੀਆਂ ਭਾਵਨਾਵਾਂ ਦੇ ਅਨੁਸਾਰ ਜਿਹੜਾ ਫੈਸਲਾ ਕਰੋ, ਇਹੀ ਸੱਚੀ ਅਤੇ ਸੁੱਚੀ ਸ਼ਰਧਾਂਜਲੀ ਮਹਾਂਪੁਰਸ਼ਾਂ ਨੂੰ ਹੋਊਗੀ। ਬਿਲਕੁਲ, ਤੁਸੀਂ ਸੁਣਿਆ ਕਿਸ ਪ੍ਰਕਾਰ ਸੇ ਜੋ ਕਿਸਾਨ ਸੰਗਠਨ ਸੀ ਉਹਨਾਂ ਨੇ ਲਗਾਤਾਰ ਇਹੀ ਮੰਗ ਕੀਤੀ ਹੈ ਕਿ ਜੋ ਧਰਨਾ ਪ੍ਰਦਰਸ਼ਨ ਹੈ ਉਹ ਸ਼ਾਂਤੀ ਵਜੇ ਚੱਲਦਾ ਰਹੇਗਾ ਔਰ ਬਾਬੇ ਨੂੰ ਸੱਚੀ ਸ਼ਰਧਾਂਜਲੀ ਆਈ ਹੈ ਕਿ ਸਰਕਾਰ ਵੀ ਝੁਕੇ ਔਰ ਕਿਸਾਨਾਂ ਦੀ ਮੰਗਾਂ ਨੂੰ ਮੰਨੇ। ਸਿੰਗਰਾ ਗਾਉਂ ਤੋਂ ਮੈਂ ਕਮਲ ਵਧਾਉਣ, ਭਾਰਤ 9।